ਹਾਂਜੀ ਦੋਸਤੋ ਮੈਂ ਤਰਸ਼ੀਮ ਸਿੰਘ ਮਠਾਰੂ ਦੇ ਨਾਲ ਪੰਜਾਬ نیوز ਚੈਨਲ ਦੀਆਂ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਇਸੇ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀਆਂ ਇਸ ਵੇਲੇ ਦੀਆਂ ਅਹਿਮ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰਤਾ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੌਥਵੀਂਆਂ ਖਬਰਾਂ ਤੇ ਪਹਿਲੀ ਚੌਥਵੀਂ ਖਬਰ ਹੈ ਜੀ ਕਿ ਫਲਿੱਪਕਾਰਟ 빅 ਦੀਵਾਲੀ ਸੇਲ ਤੇ 8000 ਤੋਂ ਵੀ ਘੱਟ ਕੀਮਤ ਵਿੱਚ ਖਰੀਦੋ ਇਹ ਪੰਜ ਸ਼ਾਨਦਾਰ smartphones ਮੁਸਲਮਾਨਾਂ ਉਫਰਾਸ ਦੇ ਲੋਕਾਂ ਦੀ ਹੱਤਿਆ ਕਰਨ ਦਾ ਪੂਰਾ ਹੱਕ ਹੈ ਮਹਤਰ ਮੁਹੰਮਦ ਜਿੰਦਗੀ ਪਾਰ ਰਾਸ਼ਟਰਪਤੀ ਅਹੁਦੇ ਤੇ ਬੜੇ ਰਹਿਣਗੇ ਜਿਲਪਿੰਗ ਬੀਲੀ ਮਾਫੀਆ ਹੱਥੋਂ ਲੋਕਾਂ ਦੀ ਅੰਨੀ ਲੁੱਟ ਕਰਵਾ ਰਹੀ ਹੈ ਕੈਪਟਨ ਸਰਕਾਰ ਅਮਨ ਅਰੋੜਾ ਪੰਜਾਬ ਵਿੱਚ ਸਾੜੀ ਪ੍ਰਾਜੈ ਦਾ ਧੂਆਂ ਨਹੀਂ ਫਲਾਉਂਦਾ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਅਧਿਐਨ ਵਿੱਚ ਵੱਡਾ ਦਾਵਾ ਨਵੰਬਰ ਵਿੱਚ 8 ਦਿਨ ਬੰਦ ਰਹਿਣਗੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਬੈਂਕ ਸ਼ਹਿਰੀ ਆਬਾਦੀ ਤੋਂ ਦੂਰ ਵਸਾਈਆਂ ਜਾਣਗੀਆਂ ਮਿਲਟਰੀ ਸ਼ਾਉਣੀਆਂ 2 ਨਵੰਬਰ ਤੋਂ ਸਰਬੱਤ ਸਹਿਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਬਣਾਏ ਜਾਣਗੇ ਈ ਕਾਰਡ ਅਮਰੀਕਾ ਵਿੱਚ ਕਰੋਨਾ ਹੋ ਰਿਹਾ ਹੈ ਬੇਕਾਬੂ ਇੱਕ ਦਿਨ ਵਿੱਚ ਰਿਕਾਰਡ ਤੋੜ ਕੇ ਕੇਸ ਪੰਜਾਬ ਵਿੱਚ ਅੱਜ ਕਰੋਨਾ ਕਾਨੂੰਨੀ ਮੌਤਾ 433 ਨਵੇਂ ਮਾਮਲੇ ਵਿਆਜ ਤੇ ਵਿਆਜ ਤੋਂ ਰਾਹਤ ਵਾਲੀ ਸਕੀਮ ਖੇਤੀ ਤੇ ਸਹਾਇਕ ਧੰਧਾਂ ਤੇ ਲਾਗੂ ਨਹੀਂ ਹੋਵੇਗੀ ਅਮਰਸਰ ਵਿੱਚ ਦੇਰ ਰਾਤ ਕਿਸਾਨਾਂ ਤੇ ਸਰਕਾਰ ਦਰਮਿਆਨ ਬੈਠਕ ਰਹੀ ਬੇਸ਼ਟਾ ਝੋਨੇ ਦੀ ਖਰੀਦ ਤੋਂ ਪਰੇਸ਼ਾਨ ਕਿਸਾਨਾਂ ਨੇ ਬੰਦ ਕੀਤਾ ਰੋਪੜ ਮਨਾਲੀ ਨੈਸ਼ਨਲ ਹਾਈਵੇ ਪ੍ਰੋਪਰਟੀ ਟੈਕਸ ਭਰਨ ਵਾਲਿਆਂ ਲਈ ਜ਼ਰੂਰੀ ਖਬਰ ਕਿਤੇ ਲੇਟ ਨਾ ਹੋ ਜਾਇਓ ਤਾਂ ਦੋਸਤੋ ਐਸੀ ਕੀ ਆਪਣੀਆਂ ਸਮੇਂ ਦੀਆਂ ਚੋਣਵੀਆਂ ਖਬਰਾਂ ਤੇ ਇਸੇ ਨਾਲ ਹੀ ਗੱਲਬਾਤ ਕਰਦੇ ਹਾਂ ਜੀ ਪਹਿਲੇ ਵੱਡੀ ਖਬਰ ਦੀ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿੰਨਾਂ ਦੋਸਤਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਲੋ ਹਰ ਰੋਜ਼ ਇਸੇ ਤਰ੍ਹਾਂ ਦੀਆਂ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਪਹਿਲੀ ਖਬਰ ਹੈ ਜੀ ਕਿ ਫਲਿੱਪਕਾਰਟ ਬਿਗ ਦੀਵਾਲੀ ਸੇਲ ਵਿੱਚ 8000 ਤੋਂ ਵੀ ਘੱਟ ਕੀਮਤ ਵਿੱਚ ਖਰੀਦੋ ਇਹ ਸ਼ਾਨਦਾਰ 5 ਸਮਾਰਟਫੋਨ ਇੱਕਮਸ ਫਲਿੱਪਕਾਰ ਦੀ ਸ਼ਾਨਦਾਰ ਬਿਗ ਦੀਵਾਲੀ ਸੇਲ ਸ਼ੁਰੂ ਹੋ ਗਈ ਹੈ ਜੋ 4 ਨਵੰਬਰ ਤੱਕ ਚੱਲੇਗੀ। ਇਸ ਸੇਲ ਵਿੱਚ ਸ਼ਾਓਮੀ ਤੋਂ ਲੈ ਕੇ ਰੀਅਲਮੀ ਤੱਕ ਦੇ ਸਮਾਰਟਫੋਨ ਘੱਟ ਕੀਮਤ 'ਤੇ ਉਪਲਬਧ ਨੇ। ਅਜੇ ਹੀ ਵਿੱਚ ਜੇਕਰ ਤੁਸੀਂ ਘੱਟ ਕੀਮਤ ਵਿੱਚ ਸ਼ਾਨਦਾਰ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਫਲਿੱਪਕਾਰ ਦੀ ਦੀਵਾਲੀ ਸੇਲ ਦਾ ਵਧੀਆ ਮੌਕਾ ਹੈ। ਜਿਓਨੀ ਮੈਕਸ ਮਿਲ ਰਿਹਾ ਹੈਗਾ ਜੀ ਕੀਮਤ ਹੈਗੀ ਹੈ ਦੀ 5499 ਰੁਪਏ। ਰੈਡਮੀ 8A ਡਿਊਲ ਮਿਲ ਰਿਹਾ ਹੈਗਾ ਜੀ 6299 ਰੁਪਏ ਦਾ ਤੇ ਇਨਫਨਿਕਸ ਸਮਾਰਟਫੋਨ ਜਿਹੜਾ ਹੈਗਾ 4+ ਉਹ 6999 ਰੁਪਏ ਦਾ ਮਿਲ ਰਿਹਾ ਹੈ ਤੇ ਪੋਕੋ C3 7499 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ ਫਲਿੱਪਕਾਰਟ ਤੇ ਮੁਸਲਮਾਨਾਂ ਨੂੰ ਫਰਾਂਸ ਦੇ ਲੋਕਾਂ ਦੀ ਹੱਤਿਆ ਕਰਨ ਦਾ ਪੂਰਾ ਹੱਕ ਹੈ ਮਾਹਤਿਰ ਮੁਹੰਮਦ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੇ ਕਿ ਫਰਾਂਸ ਦੇ ਨੀਸ ਸ਼ਹਿਰ ਵਿੱਚ ਹੋਏ ਅਤਵਾਦੀ ਹਮਲੇ ਦੀ ਹਰ ਪਾਸੇ ਲੋਚਨਾ ਹੋ ਰਹੀ ਹੈ ਤੇ ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋ ਗਏ ਸਨ ਇਸ ਹਮਲੇ ਨੂੰ ਲੈ ਕੇ ਪੂਰੇ ਫਰਾਂਸ ਵਿੱਚ ਲੋਕਾਂ ਵੱਲੋਂ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ ਤੇ ਇਸ ਵਿਚਾਰੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਤਰ ਮੁਹੰਮਦ ਨੇ ਅਜਿਹਾ ਬਿਆਨ ਦਿੱਤਾ ਜਿਸ ਨਾਲ ਪੂਰੀ ਦੁਨੀਆ ਵਿੱਚ ਹੰਗਾਮਾ ਹੋ ਗਿਆ ਮਹਤਰ ਮੁਹੰਮਦ ਨੇ ਵੀਰਵਾਰ ਨੂੰ ਟਵੀਟ ਕਰਦੇ ਹੋਏ ਫਰਾਂਸ ਦੀ ਅਲੋਚਨਾ ਕੀਤੀ ਤੇ ਮੁ슬ਮਾਨਾਂ ਨਾਲ ਨਫ਼ਰਤ ਕਰਨ ਦਾ ਦੋਸ਼ ਲਾਇਆ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਦੂਜਿਆਂ ਦਾ ਸਨਮਾਨ ਕਰੋ ਨਾਂ ਤੋਂ ਇੱਕ ਬਲੌਗ ਪੋਸਟ ਕੀਤਾ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਦੇ ਹੋਏ ਆਖਿਆ ਕਿ ਮੁ슬ਮਾਨਾਂ ਨੂੰ ਗੁੱਸਾ ਕਰਨ ਦਾ ਅਤੇ ਲੱਖਾਂ ਫਰਾਂਸੀਸੀ ਲੋਕਾਂ ਨੂੰ ਮਾਰਨ ਦਾ ਪੂਰਾ ਅਧਿਕਾਰ ਹੈ ਜ਼ਿੰਦਗੀ ਪਰ ਰਾਸ਼ਟਰਪਤੀ ਅਹੁਦੇ ਤੇ ਬੜੇ ਰਹਿਣਗੇ ਜਿਨਪਿੰਗ ਚੀਨ ਦੀ ਕਮਿਊਨਿਸਟ ਪਾਰਟੀ ਨੇ 4 ਚਾਰ ਦਿਨਾਂ ਸੈਸ਼ਨ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਸੇ ਯੋਜਨਾ ਤੇ ਹਸਤਾਖਰ ਕਰ ਦਿੱਤੇ ਜਿਸ ਵਿੱਚ ਉਹ ਚੀਨ ਦੇ ਆਧੁਨਿਕੀਕਰਨ ਮਹਿੰਮ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਦੀ ਘਰੇਲੂ ਖਾਤੇ ਤੇ ਤਕਨੀਕ ਤੇ ਆਪਣੀ ਨਿਰਪਰਤਾ ਨੂੰ ਮਜ਼ਬੂਤੀ ਦਿੰਦੇ ਹੋਏ ਵਿਕਸਿਤ ਕਰਨਾ ਚਾਹੁੰਦੇ ਨੇ ਜਿਨਪਿੰਗ ਨੇ 2035 ਤੱਕ ਲਈ ਆਪਣਾ ਪਲਾਨ ਪੇਸ਼ ਕਰਕੇ ਇੱਕ ਵਾਰ ਫਿਰ ਇਹ ਚਾਤਾ ਛੇੜ ਦਿੱਤੀ ਹੈ ਕਿ ਉਹ ਜ਼ਿੰਦਗੀ ਪਰ ਰਾਸ਼ਟਰਪਤੀ ਅਹੁਦੇ ਤੇ ਬਨੇ ਰਹਿਣਗੇ ਤੇ ਇਸ ਕਦਮ ਨਾਲ ਜਿੰਪਿੰਗ ਦੀ ਆਪਣੀ ਭੂਮਿਕਾ ਨੂੰ ਲੈ ਕੇ ਚਰਚਾਵਾ ਸ਼ੁਰੂ ਹੋ ਗਈਆਂ ਨੇ ਬੇਲੀ ਮਾਫੀਆ ਹੱਥੋਂ ਲੋਕਾਂ ਦੀ ਅੰਨੀ ਲੁੱਟ ਕਰਵਾ ਰਹੀ ਹੈ ਕੈਪਟਨ ਸਰਕਾਰ ਅਮਨ अरोड़ा ਕੈਪਟਨ ਅਮਰਿੰਦਰ ਸਿੰਘ ਨਜੀਸ ਸਿੰਘ ਸਰਕਾਰ ਨਜੀੀ ਬਿਜਲੀ ਕੰਪਨੀਆਂ ਦੇ ਗੱਠਜੋੜ ਨਾਲ ਚੱਲ ਰਹੇ ਬੇਲੀ ਮਾਫੀਆ ਹੱਥੋਂ ਪੰਜਾਬ ਦੀ ਜਨਤਾ ਦੀ ਅੰਨੀ ਲੁੱਟ ਕਰਵਾ ਰਹੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਅਤੇ ਵਿਧਾਇਕ ਅਮਨ अरोड़ा ਨੇ ਕੀਤਾ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਹੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹਰ ਫਰੰਟ ਤੇ ਫੇਲ ਹੋਈ ਅਮਰਿੰਦਰ ਸਿੰਘ ਸਰਕਾਰ ਕਾਰਨ ਪੰਜਾਬ ਗੰਭੀਰ ਚੁਣੌਤੀਆਂ ਚੋਂ ਗੁਜ਼ਰ ਰਿਹਾ ਜਿਸ ਦਾ ਖਮਿਆਜਾ ਪੰਜਾਬ ਦੇ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੇ ਅਮਨ ਅਰੋੜਾ ਨੇ ਪੰਜਾਬ ਦੇ ਤਿੰਨ ਨਜੀ ਥਰਮਲ ਪਲਾਂਟਾਂ ਤਲਵੰਡੀ ਸਾਬੋ ਅਤੇ ਰਾਏਪੁਰਾ ਤੇ ਗੋਇੰਦਵਾਲ ਸਾਹਿਬ ਨੂੰ ਬਿਨਾਂ ਬੇਲੇ ਖਰੀਦੇ ਪਾਵਰ ਕੰਪਾਨ ਵੱਲੋਂ ਦਿੱਤੇ ਜਾ ਰਹੇ ਰੋਜ਼ਾਨਾ 5 ਕਰੋੜ ਰੁਪਏ ਦੇ ਫਿਕਸਡ ਚਾਰਜ ਦੇਣ ਬਾਰੇ ਦੋਸ਼ ਲਾਇਆ ਤੇ ਅਮਰਿੰਦਰ ਸਿੰਘ ਸਰਕਾਰ ਨੇ ਵੀ ਨਿਜੀ ਬਿਜਲੀ ਕੰਪਨੀਆਂ ਨਾਲ ਬਦਲਾਵਾਂਗ ਹਿੱਸਾਪਤੀ ਬਨ ਲਈ ਹੈ ਪੰਜਾਬ ਵਿੱਚ ਸਾੜੀ ਪਰਾਲੀ ਦਾ ਧੂਆਂ ਨਹੀਂ ਫੈਲਾਉਂਦਾ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇਣ ਵਿੱਚ ਹੋਇਆ ਵੱਡਾ ਦਾਵਾ ਦਿੱਲੀ ਤੇ ਐਨਸੀਆਰ ਵਿੱਚ ਹੁੰਦੇ ਧੂਏ ਦੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਵਿੱਚ ਸਾੜੀ ਜਾਣ ਵਾਲੀ ਪਰਾਲੀ ਨੂੰ ਜ਼ਿੰਮੇਵਾਰ ਟਹਿਰਾਇਆ ਜਾਂਦਾ ਪਰ ਇਸ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਪਰਾਲੀ ਸਾੜਨ ਕਾਰਨ ਉੱਠਿਆ ਧੂਆਂ ਪੰਜਾਬ ਵਿੱਚ ਹੀ ਰਹਿ ਜਾਂਦਾ ਯੂਨੀਵਰਸਿਟੀ ਵੱਲੋਂ ਕੀਤੇ ਇੱਕ ਅਧਿਐਨ ਵਿੱਚ ਗੱਲ ਸਾਹਮਣੇ ਆਈ ਹੈ ਨਵੰਬਰ ਵਿੱਚ 8 ਦਿਨ ਬੰਦ ਰਹਿਣਗੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਬੈਂਕਾਂ ਨਵੰਬਰ ਮਹੀਨੇ ਵਿੱਚ ਧੰਨ ਤ੍ਰੇਸ ਦੀਵਾਲੀ ਛੱਟ ਪੂਜਾ ਸਮੇਤ ਗੁਰੂ ਨਾਨਕ ਜੰਮਤ ਦੇ ਮੌਕੇ ਤੇ ਦੇਸ਼ ਦੇ ਸਰਕਾਰੀ ਅਤੇ ਨਿੱਜੀ ਬੈਂਕ 8 ਦਿਨ ਬੰਦ ਰਹਿਣਗੇ ਦੇਸ਼ ਦੇ ਸਾਰੇ ਬੈਂਕ 1 ਨਵੰਬਰ ਜਾਨੀ ਕਿ ਐਤਵਾਰ 8 ਨਵੰਬਰ ਐਤਵਾਰ 14 ਨਵੰਬਰ ਨੂੰ ਸ਼ਨੀਵਾਰ 15 ਨਵੰਬਰ ਐਤਵਾਰ ਅਤੇ 22 ਨਵੰਬਰ ਐਤਵਾਰ ਅਤੇ 28 ਨਵੰਬਰ ਸ਼ਨੀਵਾਰ ਅਤੇ 29 ਨਵੰਬਰ ਐਤਵਾਰ ਅਤੇ 3 ਨਵੰਬਰ ਸੋਮਵਾਰ ਨੂੰ ਬੰਦ ਕਰ ਦਿੱਤਾ ਜਾਵੇਗਾ ਇਹਨਾਂ ਵਿੱਚ 14 ਨਵੰਬਰ ਨੂੰ ਦੀਵਾਲੀ ਅਤੇ 3 ਨਵੰਬਰ ਨੂੰ ਗੁਰੂ ਨਾਨਕ ਜੰਮਤ ਸ਼ਾਮਲ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਦੇਸ਼ ਨਿਰਦੇਸ਼ਾਂ ਅਨੁਸਾਰ ਮੈਗਾਦੀ ਰਾਜਧਾਨੀ ਸ਼ਲਾਂਗ ਵਿੱਚ ਬੈਂਕ 6 ਨਵੰਬਰ ਨੂੰ ਬੰਦ ਰਹਿਣਗੇ। ਸ਼ਹਿਰੀ ਆਬਾਦੀ ਦੇ ਦੂਰ ਵਸਾਈਆਂ ਜਾਣ ਗਿਆ ਮਿਲਟਰੀ ਛਾਉਣੀਆਂ ਜਿहां ਦੋਸਤੋ ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਬਣੀਆਂ ਸੈਨਾ ਛਾਉਣੀਆਂ ਹੁਣ ਫੌਜੀ ਟਿਕਾਣਿਆਂ ਤੇ ਪੁਰਾਣੇ ਮਕਾਨਾਂ ਨੂੰ ਨਵੇਂ ਸਿਰੇ ਤੋਂ ਵਸਾਇਆ ਜਾਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਉਹ ਆਜ਼ਾਦੀ ਤੋਂ ਪਹਿਲਾਂ ਆਬਾਦੀ ਤੋਂ ਦੂਰ ਵਸ ਗਏ ਸਨ ਪਰ ਇੰਨਾ 70 ਸਾਲਾਂ ਵਿੱਚ ਇਹ ਸਾਰੇ ਸ਼ਹਿਰ ਦੀ ਆਬਾਦੀ ਵਿੱਚ ਆ ਗਏ ਨੇ ਜਿਸ ਲਈ ਹੁਣ ਉਹਨਾਂ ਨੂੰ ਨਾਗਰਿਕ ਆਬਾਦੀ ਤੋਂ ਹਟਾਉਣ ਦੀ ਯੋਜਨਾ ਬਣਾਈ ਗਈ ਹੈ ਤੇ ਸ਼ਹਿਰ ਤੋਂ ਦੂਰ ਵਸਾਉਣ ਬਸਨਲ ਵਿੱਚ ਸਭ ਤੋਂ ਵੱਡੀ ਸਮੱਸਿਆ ਜ਼ਮੀਨ ਦੀ ਸਮੱਸਿਆ ਹੈ ਭਾਰਤੀ ਫੌਜ ਨੇ ਪੂਰੀ ਯੋਜਨਾ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਬੁਨਿਆਦੀ ਢਾਂਚੇ ਦਾ ਪ੍ਰਬੰਧਨ ਕਰਨ ਲਈ ਇੱਕ ਸੌਫਟਵੇਅਰ ਬਣਾਇਆ ਜੋ ਆਰਮੀ ਚੀਫ ਮਨੋਜ ਮੁਕੰਮਲ ਨਰਵੇ ਨੇ ਸ਼ੁਰੂ ਕੀਤਾ ਤੇ ਆਰਮੀ ਦੇ ਭਾਰਤ ਵਿੱਚ 64 ਸ਼ੋਣੀਆਂ ਬੋਰਨ ਜਿਨ੍ਹਾਂ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ 2 ਨਵੰਬਰ ਤੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਬਣਾਏ ਜਾਣਗੇ ਈ ਕਾਰਡ ਪੰਜਾਬ ਸਰਕਾਰ ਦੀ ਆਸ਼ੀਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਈ ਕਾਰਡ ਬਣਵਾਉਣ ਲਈ 2 ਨਵੰਬਰ ਤੋਂ ਕੰਮ ਸ਼ੁਰੂ ਹੋ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਡੈਪਟੀ ਕਮਿਸ਼ਨ ਅਪਨੀਤ ਰਿਆਤ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਕਾਰਤ ਕੀਤੀ ਗਈ ਏਜੰਸੀ ਵਾਇਡਲ ਹੈਲਥ ਟਪੀਏ ਦਾਣਾ ਮੰਡੀ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਤੋਂ ਈ ਕਾਰਡ ਬਣਵਾਉਣ ਦਾ ਕੰਮ ਸ਼ੁਰੂ ਕਰ ਰਹੀ ਹੈ ਉਨਾ ਸਰਬਤ ਸਿਹਤ ਬੀਮਾ ਯੋਨਾ ਲਾਪਾਤੀ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਦਾਵਾਂ ਸੰਬੰਧੀ ਜ਼ਿਲ੍ਹਾ ਅਧਿਕਾਰੀਆਂ ਤੇ ਕੰਪਨੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਏਜੰਸੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਕਾਰਡ ਬਣਾਏ ਜਾਣਗੇ। ਉਹਨਾਂ ਕਿਹਾ ਕਿ ਲਾਪਾਤੀ ਏਜੰਸੀ ਦੇ ਦੱਸੇ ਗਏ ਸਥਾਨਾਂ ਤੇ ਜਾ ਕੇ ਨਿਰਧਾਰਤ ਸਬੂਤ ਦੇ ਕੇ 300 ਰੁਪਏ ਪ੍ਰਤੀ ਕਾਰਪੁਖਤਾਨ ਫੀਸ ਅਦਾ ਕਰਕੇ ਇਹ ਕਾਰਡ ਬਣ ਸਕਦਾ ਹੈ। ਅਮਰੀਕਾ ਵਿੱਚ ਕੋਰੋਨਾ ਹੋ ਰਿਹਾ ਹੈ ਬੇਕਾਬੂ ਬੇਕਾਬੂ ਇੱਕ ਦਿਨ ਵਿੱਚ ਆਏ ਰਿਕਾਰਡ ਤੋੜ ਕੇਸ। कोरोना काल ਵਿੱਚ ਅਮਰੀਕਾ ਵਿੱਚ ਵਾਇਰਸ ਦੀ ਲਾਗ ਦੇ ਪ੍ਰਤੀ ਦਿਨ ਹੋ ਰਹੇ ਕੇਸ ਆਪਣੇ ਉੱਚ ਪੱਧਰ ਰਿਕਾਰਡ ਤੇ ਪਹੁੰਚ ਗਏ ਨੇ ਸੰਯੁਕਤ ਰਾਜ ਵਿੱਚ 87164 ਕੋਵਿਡ-19 ਮਾਮਲੇ ਸਾਹਮਣੇ ਆਏ ਨੇ ਅਤੇ ਜੋਨਜ਼ ਹੌਪਕਿੰਸ ਯੂਨੀਵਰਸਿਟੀ ਦੇ ਅੰਕੜੇ ਬਤਾਉਂਦੇ ਹਨ ਕਿ ਬਿਮਾਰੀ ਸ਼ੁਰੂ ਹੋਣ ਤੋਂ ਬਾਅਦ ਇੱਕ ਹੀ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਨੇ ਅਤੇ ਇਸ ਤੋਂ ਪਹਿਲਾ ਰਿਕਾਰਡ ਸਿਰਫ 6 ਦਿਨ ਪਹਿਲਾਂ ਦਾ ਸੀ ਜਦੋਂ 83731 ਨਵੇਂ ਕੇਸ ਦਰਜ ਕੀਤੇ ਗਏ ਸਨ ਜਿਸ ਜਦ ਕਿ ਇਸ ਸੰਕਟ ਦੇ ਪਹਿਲੇ 9 ਮਹੀਨੇ ਵਿੱਚ ਪੂਰੇ ਅਮਰੀਕਾ ਵਿੱਚ कोरोना वायरस ਦੇ ਕੇਸਾਂ ਦੀ ਗਿਣਤੀ ਨਾ ਮਿਲ ਜਾਂਦੇ ਨੇ ਨੇੜੇ ਚਲੀ ਗਈ ਹੈ ਉੰਨਾ ਹੀ ਨਹੀਂ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਾਫ ਕਾ ਕਮਿਸ਼ਨਰ ਡਾਕਟਰ ਸਕਾਟ ਗੋਟਲੇਬ ਅਨੁਸਾਰ ਅਮਰੀਕਾ ਵਿੱਚ ਪ੍ਰਤੀ ਦਿਨ 1 ਲੱਖ 9 ਨਵੇਂ ਕੇਸ ਸਾਹਮਣੇ ਆ ਸਕਦੇ ਨੇ ਪੰਜਾਬ ਵਿੱਚ ਅੱਜ করোনা ਕਾਰਨ ਉਨੇ ਮੌਤਾਂ 433 ਨਵੇਂ ਮਾਮਲੇ ਆਏ ਸਾਹਮਣੇ ਸ਼ੁੱਕਰਵਾਰ ਨੂੰ ਸੂਬੇ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਲੇਟ ਅਨੁਸਾਰ করোনা ਕਾਰਨ ਉਨੇ ਮਰੀਜ਼ਾਂ ਨੇ ਦਮ ਤੋੜ ਦਿੱਤਾ ਜਰਕੇ 433 ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਵਿਆਜ ਤੇ ਵਿਆਜ ਤੋਂ ਰਾਹਤ ਵਾਲੀ ਸਕੀਮ ਖੇਤੀ ਤੇ ਸਹਾਇਕ ਧੰਡਿਆ ਤੇ ਲਾਗੂ ਨਹੀਂ ਹੋਵੇਗੀ ਜੀ ਹਾਂ ਦੋਸਤੋ ਕੇਂਦਰੀ ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਵਿਆਜ ਤੇ ਵਿਆਜ ਮਾਫ ਕਰਨ ਦੀ ਸਕੀਮ ਖੇਤੀਬਾੜੀ ਦੇ ਸਹਾਇਕ ਧੰਡਿਆ ਤੇ ਲਾਗੂ ਨਹੀਂ ਹੋਵੇਗੀ ਮੰਤਰਾਲੇ ਨੇ ਕਪਾਉਂਡ ਵਿਆਜ ਤੇ ਸਧਾਰਨ ਵਿਆਜ ਵਿਚਾਲੇ ਫਰਕ ਜਿੰਨੀ ਕੀਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਪੇਮੈਂਟ ਬਾਰੇ ਕਿਹਾ ਹੈ ਕਿ 29 ਫਰਵਰੀ ਵੇਚ ਤੱਕ ਬਕਾਇਆ ਕ੍ਰੈਡਿਟ ਕਾਰਡ ਡਿਊਜ਼ ਰਾਹਤ ਦੇ ਲਈ ਵਿਚਾਰੇ ਜਾਣਗੇ ਅਜਿਹੀ ਰਾਹਤ ਇਹਨਾਂ ਲਈ ਬੈਂਚ ਮਾਰਕ ਰੇਟ ਕੰਟਰੈਕਟ ਵਿੱਚ ਹੋਣਗੇ ਅਤੇ ਜਿਹੜੇ ਕ੍ਰੈਡਿਟ ਕਾਰਡ ইস্যੂ ਕਰਨ ਲਈ ਈਐਮਆਈ ਲੋਨ ਦੇ ਮਤਲਬ ਲਈ ਵਰਤਦੇ ਨੇ ਫਸਲੀ ਅਤੇ ਟਰੈਕਟਰ ਕਰਜ਼ੇ ਖੇਤੀਬਾੜੀ ਤੇ ਸਹਾਇਕ ਸਰਗਰਮੀਆਂ ਲਈ ਮਿਲਦੇ ਕਰਜ਼ੇ ਤਹਿਤ ਆਉਂਦੇ ਨੇ ਇਹ ਸਕੀਮ ਤਹਿਤ ਨੇਚਰ 8 ਸ਼੍ਰੇਣੀਆਂ ਵਿੱਚ ਨਹੀਂ ਆਉਂਦੇ ਰਾਹਤ ਐਮਐਸਐਮਈ ਕਰਜ਼ੇ ਪੜਾਈ ਕਰਜ਼ੇ ਹਾਊਸਿੰਗ ਕਰਜ਼ੇ ਖਰਤਕਾਰੀਆਂ ਚੀਜ਼ਾਂ ਦੇ ਕਰਜ਼ੇ ਕ੍ਰੈਡਿਡ ਕਾਰਡ ਕਰਜ਼ੇ ਆਟੋਮੋਬਾਈਲ ਕਰਜ਼ੇ ਪ੍ਰੋਫੈਸ਼ਨਲ ਦੇ ਨਿੱਜੀ ਕਰਜ਼ੇ ਤੇ ਕੰਪੋਜੀਸ਼ਨ ਕਰਜ਼ੇ ਉੱਤੇ ਹੀ ਮਿਲੇਗੀ ਅਮਰਸਰ ਵਿੱਚ ਦੇਰ ਰਾਤ ਕਿਸਾਨਾਂ ਤੇ ਸਰਕਾਰ ਦਰਮਿਆਨ ਬੈਠਕ ਰਹੀ ਬੇਸ਼ਟਾ ਪੰਜਾਬ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਦੇ ਅਹੁਦੇਦਾਰਾਂ ਦੇ ਪੰਜਾਬ ਸਰਕਾਰ ਦੇ ਵਜ਼ੀਰਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਵਿੰਦਰ ਸਿੰਘ ਰੰਧਾਵਾ ਸੁਖਵਿੰਦਰ ਸਿੰਘ ਸਰਕਾਰੀਆਂ ਦਰਮਿਆਨ ਸਥਾਨਕ ਸਰਕਟ ਹਾਊਸ ਵਿਖੇ ਅਹਿਮ ਬੈਠਕ ਹੋਈ ਜਿਸ ਵਿੱਚ ਭਾਵੇਂ ਸਹਿਮਤੀ ਨਹੀਂ ਹੋਈ ਪਰ ਤਿੰਨ ਮੈਂਬਰੀ ਕਮੇਟੀ ਨੇ ਭਰੋਸਾ ਦਿਵਾਇਆ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਝੋਨੇ ਦੀ ਖਰੀਦ ਤੋਂ ਪਰੇਸ਼ਾਨ ਕਿਸਾਨਾਂ ਨੇ ਬੰਦ ਕੀਤਾ ਰੋਪੜ ਮਨਾਲੀ ਨੈਸ਼ਨਲ ਹਾਈਵੇ ਰੂਪਨਗਰ ਦੇ ਕਿਸਾਨਾਂ ਵੱਲੋਂ ਆਰਤੀਆਂ ਦੇ ਮਾਰਕੀਟ ਕਮੇਟੀ ਖਿਲਾਫ ਧਰਨਾ ਦਿੰਦੇ ਹੋਏ ਰੋਪੜ ਮਨਾਲੀ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਆਰਤੀਆਂ ਦੇ ਮਾਰਕੀਟ ਕਮੇਟੀ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆਰਤੀਆਂ ਤੇ ਦੋਸ਼ ਲਗਾਏ ਗਏ ਕਿ ਉਹ ਕਿਸਾਨਾਂ ਦੇ ਝੋਨੇ ਦੀ ਭਰਾਈ ਨਹੀਂ ਕਰ ਰਹੇ ਜਿਸ ਕਾਰਨ ਰੋਪੜ ਮਨਾਲੀ ਨੈਸ਼ਨਲ ਹਾਈਵੇ ਦੇ ਕਰੀਬ ਦੋਵੇਂ ਪਾਸੇ 5 ਕਿਲੋਮੀਟਰ ਦਾ ਲੰਮਾ ਜਾਮ ਲੱਗ ਗਿਆ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹਾਲਾਂਕਿ ਪੁਲਿਸ ਵੱਲੋਂ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਨਹੀਂ ਮੰਨੇ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਲਈ ਜ਼ਰੂਰੀ ਖਬਰ ਕਿਤੇ ਲੇਟ ਨਾ ਹੋ ਜਾਏ ਜੀहां ਦੋਸਤੋ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਲੋਕਾਂ ਨੂੰ ਐਤਵਾਰ ਤੋਂ ਵਿਆਜ ਪੈਨਲਟੀ ਵਿੱਚ ਛੋਟ ਨਹੀਂ ਮਿਲੇਗੀ ਜਿਸ ਦੇ ਮੱਦੇ ਨਜ਼ਰ ਸ਼ਨੀਵਾਰ ਨੂੰ ਆਖਰੀ ਦਿਨ ਰੈਵਨਿਊ ਚਿਟਾਉਣ ਲਈ ਨਗਰ ਨਿਗਮ ਕਮਿਸ਼ਨਰ ਵੱਲੋਂ ਦਫ਼ਤਰ ਖੁੱਲੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵੱਲੋਂ ਕਰੋੜਾਂ ਦੇ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਲਗਭਗ 7 ਸਾਲ ਬਾਅਦ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕੀਤੀ ਗਈ ਜਿਸ ਦੀ ਸ਼ੁਰੂਆਤ ਵਿੱਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲੋਕਾਂ ਨੂੰ ਵਿਆਜ ਪੈਨਲਟੀ ਦੀ ਮਾਫੀ ਨਾਲ 10% ਦੀ ਛੋਟ ਦਿੱਤੀ ਗਈ ਹੈ ਜਦੋਂ ਕਿ ਦੂਜੇ ਪੜਾਅ ਵਿੱਚ ਛੋਟ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਦੁਪਹਿਰ ਦੀਆਂ ਬਾਦੀਆਂ ਖਬਰਾਂ ਇਸੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ